के लंघ जाते अज घिस्सी हुई हुई है डेढ़ डेढ़ सौ बंदे कट च जा रहे हैं पटियाले लोग बड़े सियाने हो गए जी चार कैंडीडेट ने कैप्टन अमरिंदर सिंह विष्णु शर्मा अजीतपाल कोहली हरपाल जनेजर श्रोमणी अकाली दल तो तीनों दल बदलू और मजाक बना के रखता महाराणी परनीत कौर जी कांग्रेसी एम पी ने मोती महल चो बह के सारे लोगों उरे फोन मार रहे हैं कैप्टन अमरिंदर सिंह के हक च मतलब सोचते हैं लोगों को पता ही नहीं लगता जो पटियाले बच्चे बच्चे इंटरव्यू लैके देखो तो भी दस सकते हैं जिहड़ा झाड़ू जिहड़ा अपने विष्णु शर्मा जी ने पहला कांग्रेस च मेयर साडी पार्टी है उन्होंने मान दिता कहाँ इंप्रूवमेंट्स का चेयरमैन बनाता उत्ते दिल नहीं लग्या हूँ उन्होंने कैंडीडेट कोई नहीं देखो कमाल की गल कांग्रेस पार्टी तो उन्होंने कोई टिकट नहीं लैना चाहता सी ये वापस उधर जाके चले गए झाड़ू वाले की गल कर लो झाड़ू वाला कैंडीडेट जिहड़ा कहिंदे सीगे भी केजरीवाल कहिंदे सी भी सब नालों गरीब नूं रेहड़ी वाले नूं रिक्शा वाले नूं टिकट दूंगा ते किहनूं टांगे वाले नूं जिहदे 200 ट्राले बन गए जिहड़ा बंदा श्रोमणी अकाली दल दा नहीं होया जिन्हें मिनिस्ट्रियां दित्तियां मेहरियां दित्तियां सब नाल छोटी उम्र दे नूं ਉਹ ਪਟਿਆਲੇ ਦੇ ਲੋਕਾਂ ਦਾ ਕੀ ਹੋਊਗਾ ਪਟਿਆਲੇ ਦੇ ਲੋਕਾਂ ਨੂੰ ਪਤਾ ਕੀ ਹੈ ਉਹ ਝਾੜੂ ਪਾਰਟੀ ਚਲੇ ਗਏ ਅਕਾਲੀ ਦਲ ਛੱਡ ਕੇ ਪਿਤਾ ਜੀ ਅਕਾਲੀ ਦਲ ਜੀ ਨੇ ਹਜੇ ਹਲ ਤੱਕ ਨਹੀਂ ਸਪਸ਼ਟੀਕਰਨ ਹੈਗਾ ਸੁਰਜੀਤ ਸਿੰਘ ਕੋਹਲੀ ਸਾਹਿਬ ਦਾ ਵੀ ਉਹ ਪਾਰਟੀ 'ਚ ਨੇ ਜਾਂ ਛੱਡ ਕੇ ਚਾਰ ਲਾਈਨਾਂ ਦੀ ਇੱਕ ਰੈਜ਼ਿਗਨੇਸ਼ਨ ਆਇਆ ਹੋਇਆ ਫਿਰ ਉਹਨਾਂ ਦੇ ਛੋਟੇ ਭਾਈ ਸਾਹਿਬ ਗੁਰਜੀਤ ਸਿੰਘ ਕੋਹਲੀ ਉਹ ਬੀਜੇਪੀ 'ਚ ਨੇ ਮਤਲਬ ਪਟਿਆਲੇ ਦੇ ਲੋਕਾਂ ਨੂੰ ਉਹਨਾਂ ਨੇ ਮੂਰਖ ਸਮਝ ਰੱਖਿਆ ਪਰ ਪਟਿਆਲੇ ਦੇ ਲੋਕ 2022 ਦੀ 20 ਫਰਵਰੀ ਹੈ ਜਵਾਬ ਦੇਣ ਨੂੰ ਤਿਆਰ ਬੈਠੇ ਆ 10 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਝੰਡਾ ਲਹਿਰਾਊਗੀ ਔਰ ਸੁਖਬੀਰ ਸਿੰਘ ਬਾਦਲ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਤਿੰਨ ਕੈਂਡੀਡੇਟ ਨੇ ਇੱਕ ਚੰਨੀ ਜਿਹੜਾ ਕਹਿੰਦਾ ਸੀਗਾ ਵੀ ਚੰਨੀ ਕਰਦਾ ਮਸਲੇ ਹੱਲ ਦੇਖੋ ਕਮਾਲ ਦੀ ਗੱਲ ਪੌਣੇ 5 ਸਾਲ ਪੰਜਾਬ ਨੂੰ ਲੁੱਟ ਕੇ ਜਿਹੜਾ ਅਲੀ ਬਾਬਾ ਸੀ ਉਹ ਪਰਾਂ ਕਰਤਾ 40 ਚੋਰ ਉੱਠੀ ਰਹਿ ਗਏ ਸਮਝ ਗਏ ਅਲੀ ਬਾਬਾ ਕੌਣ ਸੀਗਾ ਕੈਪਟਨ ਅਮਰਿੰਦਰ ਸਿੰਘ ਮੁੜ ਕੇ ਆ ਗਿਆ ਚੰਨੀ ਚੰਨੀ ਕਹਿੰਦਾ ਚੰਨੀ ਕਰਦਾ ਮਸਲੇ ਹੱਲ ਉਹਨੇ ਆਪਦੇ ਪਰਿਵਾਰ ਦੇ ਸਾਰੇ ਮਸਲੇ ਹੱਲ ਕਰਤੇ 10-10 ਕਰੋੜ ਰੁਪਏ ਉਹਦੇ ਭਾਂਜੇ ਦੇ ਘਰੋਂ ਨਿਕਲ ਰਿਹਾ ਤੀਜਾ ਕੈਂਡੀਡੇਟ ਭਗਵੰਤ ਮਾਨ ਦੂਜਾ ਕੈਂਡੀਡੇਟ ਭਗਵੰਤ ਮਾਨ ਉਹ ਕਹਿ ਰਹੇ ਨੇ ਦਿੱਲੀ ਮਾਡਲ ਦੇ ਇਲੈਕਸ਼ਨ ਲੜਾਂਗੇ ਦੋ ਵਾਰ ਐਮ ਪੀ ਰਹਿ ਲਏ ਭਗਵੰਤ ਮਾਨ ਜੀ ਸੰਗਰੂਰ ਹਲਕੇ ਤੋਂ ਅਤੇ ਦੋ ਵਾਰ ਐਮ ਪੀ ਬਣ ਕੇ ਬਿਨੜਾ ਪਿੰਡ ਗੋਦ ਲੈਂਦੇ ਨੇ ਲੜ ਲੈਣ ਬਿਨੜਾ ਪਿੰਡ ਦੇ ਜਿਹੜਾ ਮਾਡਲ ਇਹਨਾਂ ਨੇ ਕੀਤਾ 10 ਸਾਲ ਜਿਹੜੇ ਦੋ ਵਾਰ ਐਮ ਪੀ ਰਹਿ ਲਏ ਬਿਨੜਾ ਪਿੰਡ ਜਿਹੜੇ ਲੋਕ ਵਡਾਨੀ ਦੇ ਰਹੇ ਉਹਨਾਂ ਨੂੰ ਉੱਤੇ ਜਿਹੜਾ ਗੋਦ ਲਿੱਤਾ ਸੀ ਪਿੰਡ ਮਤਲਬ ਕਹਿਣ ਦਾ ਝੂਠ ਫਰੇਬ ਇਹ ਲੋਕਾਂ ਨੂੰ ਪਤਾ ਲੱਗ ਗਿਆ ਤੀਜਾ ਲੀਡਰ ਸੁਖਬੀਰ ਸਿੰਘ ਬਾਦਲ ਸਾਹਿਬ ਜਿਹਨੇ 10 ਸਾਲ ਪੰਜਾਬ ਦੇ ਲੋਕਾਂ ਨੂੰ ਤਰੱਕੀ ਦੇ ਰਾਹ 'ਤੇ ਲੈ ਕੇ ਗਿਆ ਕਦੇ ਨਹੀਂ ਮੂੰਹ ਚੋਂ ਕੱਢਿਆ ਸੀ ਖਜ਼ਾਨਾ ਖਾਲੀ ਹੈ ਕੰਮ ਕਰਦੇ ਸੀ ਆ 5 ਸਾਲ ਲੋਕਾਂ ਦੇ ਕੰਨ ਤੱਕ ਗਏ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਮਨੀਸ਼ਾ ਗੁਲਾਟੀ ਬੀਜੇਪੀ ਜੁਆਇਨ ਕਰਕੇ ਕਹਿੰਦੇ ਮੇਰੀ ਸਿਕਿਉਰਿਟੀ ਸਾਰੇ